ਦੋਸਤੋ ਅੱਜ ਮੈਂ ਤੁਹਾਨੂੰ ਲੈ ਕੇ ਚੱਲਦਾ ਹਾਂ ਬ੍ਰਜੇਸ਼ਵਰੀ ਦੇਵੀ ਮੰਦਰ। ਇਸ ਮੰਦਰ ਨੂੰ ਕਾਂਗੜਾ ਦੇਵੀ ਜਾਂ ਨਗਰਕੋਟ ਧਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ। ਇਸ ਮੰਦਰ ਦੀ ਮਾਨਤਾ ਹੈ ਕਿ ਇਸ ਜਗ੍ਹਾ 'ਤੇ ਮਾਤਾ ਸਤੀ ਦਾ ਖੱਬਾ ਬਖਸ਼ ਡਿੱਗਿਆ ਸੀ ਅਤੇ ਇਹ 51 ਸ਼ਕਤੀ ਪੀਠਾਂ ਵਿੱਚੋਂ ਇੱਕ ਹੈ। ਅਗਰ ਮੈਂ ਤੁਹਾਨੂੰ ਇਸ ਦੇ ਇਤਿਹਾਸ ਵਿੱਚ ਲੈ ਕੇ ਚੱਲਦਾ ਹਾਂ ਤਾਂ ਇਸ ਮੰਦਰ ਦਾ ਨਿਰਮਾਣ ਪਾਂਡਵਾਂ ਦੁਆਰਾ ਮਹਾਭਾਰਤ ਦੇ ਸਮੇਂ ਵਿੱਚ ਕੀਤਾ ਗਿਆ ਸੀ। ਇੱਕ ਦਿਨ ਪਾਂਡਵਾਂ ਦੇ ਦਰਸ਼ਨ ਦਿੱਤੇ ਅਤੇ ਕਿਹਾ ਉਹ ਨਗਰਕੋਟ ਵਿੱਚ ਹੈ, ਵਿਰਾਜਮਾਨ ਹੈ ਅਤੇ ਜੇਕਰ ਉਹ ਸੁਰੱਖਿਅਤ ਰਹਿਣਾ ਚਾਹੁੰਦੇ ਹਨ ਤਾਂ ਉੱਥੇ ਇੱਕ ਮੰਦਰ ਦਾ ਨਿਰਮਾਣ ਕਰ ਦੇ, ਨਹੀਂ ਤਾਂ ਉਹ ਨਸ਼ਟ ਹੋ ਜਾਣਗੇ। ਫਿਰ ਉਸੇ ਰਾਤ ਪਾਂਡਵਾਂ ਨੇ ਉਸ ਜਗ੍ਹਾ 'ਤੇ ਸੁੰਦਰ ਮੰਦਰ ਦਾ ਨਿਰਮਾਣ ਕੀਤਾ। ਇਸ ਮੰਦਰ ਵਿੱਚ ਬਹੁਤ ਸਾਰੇ ਖਜ਼ਾਨੇ ਨਾਲ ਭਰਪੂਰ ਸੀ, ਇਸੇ ਲਈ ਇਹਨੂੰ ਮੁਗਲਾਂ ਦੁਆਰਾ ਕਈ ਵਾਰ ਲੁੱਟਿਆ ਗਿਆ। ਸਭ ਤੋਂ ਜ਼ਿਆਦਾ ਮਹਿਮੂਦ ਗਜ਼ਨਵੀ ਨੇ 5 ਵਾਰ ਲੁੱਟਿਆ ਅਤੇ ਬਹੁਤ ਸਾਰਾ ਸੋਨਾ ਚਾਂਦੀ ਅਤੇ ਕੀਮਤੀ ਆਭੂਸ਼ਣ ਆਪਣੇ ਨਾਲ ਲੈ ਕੇ ਚਲਾ ਗਿਆ। ਫਿਰ 1905 ਦੇ ਭੂਚਾਲ ਵਿੱਚ ਮੰਦਰ ਪੂਰੀ ਤਰ੍ਹਾਂ ਨਸ਼ਟ ਹੋ ਗਿਆ। ਭੂਚਾਲ ਵਿੱਚ ਸਿਰਫ ਇੱਕ ਮੰਦਰ ਖੜ੍ਹਾ ਰਿਹਾ, ਉਹ ਸੀ ਤਾਰਾ ਦੇਵੀ ਦਾ ਮੰਦਰ। ਮੰਦਰ ਦੇ ਵਿਹੜੇ ਵਿੱਚ 1000 ਸਾਲ ਪੁਰਾਣਾ ਬੋਹੜ ਦਾ ਦਰਖਤ ਹੈ ਜਿਸ 'ਤੇ ਚੁੰਨੀ ਬੰਨ੍ਹ ਕੇ ਭਗਤ ਮੰਨਤ ਮੰਨਦੇ ਹਨ ਅਤੇ ਮੰਨਤ ਪੂਰੀ ਹੋਣ 'ਤੇ ਚੁੰਨੀ ਖੋਲ੍ਹ ਕੇ ਮਾਤਾ ਜੀ ਨੂੰ ਬੰਧਨ ਤੋਂ ਮੁਕਤ ਕਰ ਦਿੰਦੇ ਹਨ। ਇਸ ਮੰਦਰ ਦੀਆਂ ਹੋਰ ਵੀ ਖਾਸੀਅਤ ਹਨ, ਮੈਂ ਜਲਦ ਹੀ ਡਿਟੇਲ ਵੀਡੀਓ ਯੂਟਿਊਬ ਚੈਨਲ 'ਤੇ ਲੈ ਕੇ ਆਵਾਂਗਾ। ਤਦ ਤੱਕ ਤੁਸੀਂ ਜਿਸ ਨਾਲ ਇਸ ਮੰਦਰ ਜਾਣਾ ਚਾਹੁੰਦੇ ਹੋ ਉਸ ਨਾਲ ਇਹ ਵੀਡੀਓ ਸ਼ੇਅਰ ਕਰੋ। ਜੈ ਮਾਤਾ ਦੀ।